ਆਏ ਦਿਨ ਪੰਜਾਬ ਦੇ ਅੰਦਰ ਨਸ਼ੇ ਦੀ ਤਸਕਰੀ ਵਧਦੀ ਜਾ ਰਹੀ ਹੈ, ਜਿਸ ਦੇ ਨਕੇਲ ਕੱਸਣ ਦੇ ਲਈ ਪੁਲਿਸ ਦੇ ਵੱਲੋਂ ਸਮੇਂ-ਸਮੇਂ ਤੇ ਛਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਬਰਨਾਲਾ ਪੁਲਿਸ ਦੇ CIA ਸਟਾਫ ਦੇ ਅਧਿਕਾਰੀਆਂ ਦੇ ਵੱਲੋਂ ਕਸਬਾ ਧਨੌਲਾ ਤੋਂ 2 ਸ਼ਰਾਬ ਦੇ ਤਸਕਰਾਂ ਨੂੰ ਫੜ ਕੇ ਉਹਨਾਂ ਤੋਂ 40 ਪੇਟੀਆਂ ਸ਼ਰਾਬ ਜ਼ਬਤ ਕੀਤੀਆਂ ਹਨ। ਬਰਨਾਲਾ ਪੁਲਿਸ ਦੇ CIA ਸਟਾਫ ਦੇ ਵੱਲੋਂ ਕਸਬਾ ਧਨੌਲਾ ਤੋਂ 40 ਪੇਟੀਆਂ ਸ਼ਰਾਬ ਸਮੇਤ 2 ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। CIA ਸਟਾਫ ਦੇ ਅਧਿਕਾਰੀ ਨੇ ਦੱਸਿਆ ਕਿ ਉਕਤ ਮੁਲਜ਼ਮ ਚੰਡੀਗੜ੍ਹ ਤੋਂ ਦੇਸੀ ਸ਼ਰਾਬ ਸਸਤੇ ਰੇਟਾਂ ਤੇ ਲਿਆ ਕੇ ਬਰਨਾਲਾ ਅਤੇ ਸੰਗਰੂਰ ਜ਼ਿਲ੍ਹੇ ਦੇ ਅੰਦਰ ਸਪਲਾਈ ਕਰਦੇ ਸਨ। ਉਹਨਾਂ ਨੇ ਦੱਸਿਆ ਕਿ ਫੜੀ ਗਈ ਸ਼ਰਾਬ ਘਟੀਆ ਕੁਆਲਿਟੀ ਹੈ, ਜਿਸ ਕਾਰਨ ਸਿਹਤ 'ਤੇ ਵੀ ਕਾਫੀ ਨੁਕਸਾਨ ਹੁੰਦਾ ਹੈ। ਉਹਨਾਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ 'ਤੇ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਅਮਲ 'ਚ ਲਿਆਈ ਜਾਵੇਗੀ। ਇਹ ਸਾਨੂੰ ਰਾਤ ਅਸੀਂ ਗਸਟ ਸੀ, 26 ਪੁਰਸ਼ਾਂ ਦੀ ਪੜਤਾਲ ਦੇ ਬੱਸ ਸਟੈਂਡ ਧਨੌਲੇ ਮੁਖਰੀ ਹੋਈ। ਇਹ ਸੰਗਰੂਰ ਅਤੇ ਬਰਨਾਲਾ ਵਿੱਚ ਚੰਡੀਗੜ੍ਹ ਦੀ ਸ਼ਰਾਬ ਲਿਆ ਕੇ ਉੱਥੋਂ ਸਸਤੇ ਭਾਅ ਖਰੀਦ ਕੇ ਇੱਥੇ ਵੇਚ ਕੇ ਭਾਰੀ ਮੁਨਾਫਾ ਕਮਾਉਂਦੇ ਨੇ। ਇਹ ਮੁਖਰੀ ਦੇ ਆਧਾਰ 'ਤੇ ਅਸੀਂ ਰਾਤ ਹੀ ਪਰਚਾ ਦਿੱਤਾ ਸੀ ਅਤੇ ਫਿਰ ਨਿਗਰਾਨੀ ਕੀਤੀ। ਅੱਜ ਇਹ ਗੱਡੀ ਸਮੇਤ ਆਪਦੀ PV19H00042 ਦੇ ਵਿੱਚ ਜਦੋਂ ਉਹਨਾਂ ਨੂੰ ਰੋਕਿਆ ਅਸੀਂ ਤਾਂ ਉਹਦੇ ਵਿੱਚੋਂ ਗੱਡੀ ਦੇ ਵਿੱਚੋਂ 40 ਡੱਬੇ ਸ਼ਰਾਬ ਠੇਕਾ ਦੇਸੀ ਮਾਰਕਾ ਚੰਡੀਗੜ੍ਹ ਦੀ ਹੈ ਬਣੀ ਹੋਈ, ਉਸ ਸਮੇਤ ਕਾਬੂ ਆ ਗਏ ਸਾਡੇ ਅਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜੀ। ਉਸ ਮੁਕੱਦਮੇ 'ਚ ਮੁਕੱਦਮਾ ਨੰਬਰ ਹੈਗਾ 23/2/2018 ਅੰਡਰ ਸਿੰਘ ਕਾਰਡ ਐਕਸਾਈਜ਼ ਐਕਟ PS ਧਨੌਲਾ। ਬਰਨਾਲਾ ਤੋਂ ਪ੍ਰਵੀਨ ਵਿਸ਼ੇ ਦੀ ਰਿਪੋਰਟ, ਚੈਨਲ 2।